ਚੰਡੀਗੜ੍ਹ ਕਾਂਗਰਸ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਰਵਨੀਤ ਬਿੱਟੂ ਦੇ ਲਗਾਤਾਰ ਬਿਆਨਬਾਜ਼ੀ ਤੋਂ ਲੈ ਕੇ ਅੱਜ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਹਾਲਾਂਕਿ ਚੰਡੀਗੜ੍ਹ ਦੇ ਸੈਕਟਰ 35 ਕਾਂਗਰਸ ਭਵਨ ਦੇ ਵਿੱਚ ਇਹ ਪ੍ਰੋਟੈਸਟ ਕੀਤਾ ਗਿਆ ਹਰਮਿੰਦਰ ਸਿੰਘ ਲੱਕੀ ਅੱਜ ਇੱਥੇ ਮੌਜੂਦ ਰਹੇ ਜਿਹੜੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਵੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਲੱਕੀ ਜੀ ਕਿਉਂਕਿ ਕਈ ਦਿਨਾਂ ਤੋਂ ਜਿਹੜੇ ਲਗਾਤਾਰ ਬਿਆਨਬਾਜ਼ੀ ਹੋ ਰਹੀ ਹੈ ਰਵਨੀਤ ਬਿੱਟੂ ਦੀ ਅਸੀਂ ਗੱਲ ਕਰ ਲਈਏ ਰਾਹੁਲ ਗਾਂਧੀ ਤੇ ਵੀ ਜਿਹੜਾ ਹੈਗਾ ਤੰਜ ਕੱਸਿਆ ਗਿਆ ਉਸ ਨੂੰ ਲੈ ਕੇ ਅੱਜ ਪ੍ਰੋਟੈਸਟ ਕੀਤਾ ਗਿਆ ਬਿਲਕੁਲ ਮੈਂ ਤਾਂ ਹੈਰਾਨ ਹਾਂ ਬਿੱਟੂ ਦੀ ਸੋਚ ਤੇ ਬਿੱਟੂ ਇਹ ਭੁੱਲ ਗਿਆ ਕਿ ਇਹ ਰਾਹੁਲ ਗਾਂਧੀ ਸੀਗੇ ਜਿਹੜੇ ਜਿਨ੍ਹਾਂ ਨੇ ਉਹਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਕਾਂਗਰਸ ਪਾਰਟੀ ਨੇ ਕੀਤਾ ਮੈਨੂੰ ਯਾਦ ਹੈ ਯੂਥ ਕਾਂਗਰਸ ਦਾ ਪ੍ਰਧਾਨ ਹੁੰਦਾ ਸੀ ਮੈਂ ਔਰ ਬਿੱਟੂ ਇਕੱਠੇ ਹੁੰਦੇ ਸੀਗੇ ਤੇ ਰਾਹੁਲ ਗਾਂਧੀ ਅਕਸਰ ਮੀਟਿੰਗ 'ਚ ਬਿੱਟੂ ਦੀ ਪ੍ਰੇਜ਼ ਕਰ ਦਿੰਦੇ ਹੁੰਦੇ ਸੀ ਕਦੇ ਦੇ ਪੱਗ ਦੀ ਪ੍ਰੇਜ਼ ਕਰਦੇ ਸੀ ਯਾਰ ਬਿੱਟੂ ਜੀ ਆਪ ਪਗੜੀ ਬਹੁਤ ਅੱਛੀ ਪਹਿਨਤੇ ਹੋ ਆਪਕਾ ਯੇ ਵੋ ਮਤਲਬ ਉਹਨੇ ਹਰ ਜਗ੍ਹਾ ਇਸ ਬੰਦੇ ਨੂੰ ਇਨਕਰੇਜ ਕੀਤਾ ਪਾਰਟੀ ਦੀ ਟਿਕਟ ਦਿੱਤੀ ਲੋਕ ਸਭਾ ਲੜਾਈ ਸਭ ਕੁਛ ਲੜਾਇਆ ਕਿੰਨੀ ਵਾਰ ਇਹਨਾਂ ਨੇ ਮੌਕਾ ਦਿੱਤਾ ਮਤਲਬ ਤੁਸੀਂ ਤੁਹਾਡਾ ਇਖਲਾਕ ਇੰਨਾ ਗਿਰ ਗਿਆ ਕਿ ਤੁਸੀਂ ਇੱਕ ਪਾਰਟੀ ਦੇ ਦੂਸਰੀ ਪਾਰਟੀ 'ਚ ਜਾਣ ਤੋਂ ਬਾਅਦ ਬਹੁਤ ਲੋਕ ਜਾਂਦੇ ਨੇ ਪਰ ਆਰਾਮ ਨਾਲ ਵੀ ਰਹਿ ਸਕਦੇ ਸੀਗੇ ਕੋਈ ਇੱਦਾਂ ਦੀ ਟਿੱਪਣੀ ਨਾ ਕਰਦੇ ਔਰ ਪਰ ਉੱਧਰ ਬਿਆਨਬਾਜ਼ੀ ਜਾ ਕੇ ਕਰ ਰਹੇ ਹਾਂ ਸਿਰਫ ਆਪਣੇ ਪੋਲੀਟੀਕਲ ਬੋਸਿਸ ਨੂੰ ਖੁਸ਼ ਕਰਨ ਨੂੰ ਮੈਂ ਤਾਂ ਸਮਝਦਾ ਕਿ ਮੋਦੀ ਔਰ ਉਹਨਾਂ ਦੇ ਮੰਤਰੀਆਂ ਨੇ ਇੱਕ ਸਕ੍ਰਿਪਟ ਲਿਖ ਕੇ ਦਿੱਤੀ ਹੈ ਬਿੱਟੂ ਨੂੰ ਔਰ ਬਿੱਟੂ ਉਹ ਸਕ੍ਰਿਪਟ ਪੜ ਰਿਹਾ ਪਰ ਬਿੱਟੂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਆਪਣਾ ਜਿਹੜਾ ਪਿਛੋਕੜ ਦੇਖਣਾ ਚਾਹੀਦਾ ਆਪਣਾ ਪਾਸ ਦੇਖਣਾ ਚਾਹੀਦਾ ਵੀ ਕਾਂਗਰਸ ਪਾਰਟੀ ਦੇ ਔਰ ਰਾਹੁਲ ਗਾਂਧੀ ਦੇ ਕਿੱਡੇ ਅਹਿਸਾਨ ਉਸ ਤੇ ਰਹੇ ਆ ਇੰਨਾ ਅਹਿਸਾਨ ਪ੍ਰਮੋਸ਼ ਹੋ ਗਿਆ ਬਿੱਟੂ ਔਰ ਮੈਂ ਸਮਝਦਾ ਕਿ ਉਹਨੇ ਇੱਕ ਗਲਤ ਸਟੈਪ ਲਿੱਤਾ ਉਹਨੂੰ ਇਸ ਵਾਸਤੇ ਮਾਫੀ ਮੰਗਣੀ ਚਾਹੀਦੀ ਹੈ ਸਾਰੇ ਦੇਸ਼ 'ਚ ਕਾਂਗਰਸ ਪਾਰਟੀ ਉਹਨਾਂ ਦੇ ਖਿਲਾਫ ਜਿਹੜੀ ਹੈ ਪ੍ਰਦਰਸ਼ਨ ਕਰ ਰਹੀ ਹੈ ਜਗ੍ਹਾ ਜਗ੍ਹਾ ਉਹਨਾਂ ਨੂੰ ਕਾਲੇ ਝੰਡੇ ਦਿਖਾਏ ਜਾ ਰਹੇ ਹੈ ਉਹਨਾਂ ਨੂੰ ਉਹਨਾਂ ਦੇ ਖਿਲਾਫ FIR ਹੋ ਰਹੀਆਂ ਉਹਨਾਂ ਦੇ ਆਹ ਦੇਖੋ ਫੋਟੋਆਂ ਦੇ ਕਾਟਾ ਮਾਰਿਆ ਵੀ ਅਸੀਂ ਇਹਦੀ ਸਟੇਟਮੈਂਟ ਨੂੰ ਅਸੀਂ ਮਨਜ਼ੂਰ ਨਹੀਂ ਕਰਦੇ ਜੋ ਤੂੰ ਬੋਲ ਰਿਹਾ ਸੋ ਬਿੱਟੂ ਨੂੰ ਅਗਰ ਮੈਂ ਕਹਿੰਦਾ ਕਿ ਗੁੱਡ ਸੈਂਸ ਸ਼ੁਡ ਪ੍ਰਵੇਲ ਅਪੋਨ ਹਿਮ ਉਹਨੂੰ ਆਪਣੀ ਸਮਝ ਦੇ ਅਨੁਸਾਰ ਜਿਹੜਾ ਮਾਨਸਿਕ ਦਿਵਾਲੀਆਪਨ ਉਸ ਤੇ ਛਾਇਆ ਹੋਇਆ ਇਸ ਸਮੇਂ ਉਸ ਤੋਂ ਦੂਰ ਹਟ ਕੇ ਜਿਹੜੀ ਹੈ ਪਾਰਟੀ ਤੋਂ ਮਾਫੀ ਮੰਗ ਲੈਣੀ ਚਾਹੀਦੀ ਹੈ ਰਾਹੁਲ ਗਾਂਧੀ ਤੋਂ ਮਾਫੀ ਮੰਗ ਲੈਣੀ ਚਾਹੀਦੀ ਹੈ ਮੈਂ ਤਾਂ ਕਹਿੰਦਾ ਕਿਉਂਕਿ ਲੀਡਰ ਆਫ ਆਪੋਜੀਸ਼ਨ ਰਾਹੁਲ ਗਾਂਧੀ ਪੂਰੇ ਦੇਸ਼ ਤੋਂ ਮਾਫੀ ਮੰਗ ਲੈਣੀ ਚਾਹੀਦੀ ਹੈ ਇਹੋ ਜਿਹਾ ਰਣਨੀਤੀ ਕੀ ਹੈ ਅਗਲੀ ਰਣਨੀਤੀ ਕਾਂਗਰਸ ਦੀ ਰਣਨੀਤੀ ਤਾਂ ਸਾਡੀ ਤਾਂ ਸਪਸ਼ਟ ਹੈ ਚੰਡੀਗੜ੍ਹ ਵਿੱਚ ਬਿੱਟੂ ਜਿੱਥੇ ਆਏਗਾ ਉਹਨੂੰ ਕਾਲੇ ਝੰਡੇ ਦਿਖਾਏ ਜਾਣਗੇ ਔਰ ਸਾਡੇ ਲੀਗਲ ਸੈੱਲ ਵੱਲੋਂ ਇੱਕ FIR ਵੀ ਉਹਨਾਂ ਦੇ ਖਿਲਾਫ ਦਰਜ ਕਰਾਈ ਗਈ ਹੈ ਔਰ ਜਿਹੜੇ MLA ਗਾਇਕਵਾੜ ਨੇ ਉੱਥੇ ਦੇ ਜਿਨ੍ਹਾਂ ਨੇ ਬੁਲਡਾਣਾ ਦੇ ਜਿਨ੍ਹਾਂ ਨੇ ਅੱਤਵਾਦੀ ਜਿਨ੍ਹਾਂ ਨੇ ਇਹੋ ਜਿਹੇ ਸ਼ਬਦ ਇਸਤੇਮਾਲ ਕੀਤੀਆਂ ਹੈਰਾਨੀ ਵਾਲੀ ਗੱਲ ਹੈ ਮਤਲਬ ਤੁਹਾਡਾ ਕੁਛ ਤਾਂ ਇਖਲਾਕ ਹੋਣਾ ਚਾਹੀਦਾ ਕੋਈ ਤਾਂ ਪੋਲੀਟੀਕਲ ਸਟੈਂਡਰਡਸ ਹੋਣੇ ਚਾਹੀਦੇ ਆ ਇਸ ਤੋਂ ਇਲਾਵਾ ਕੰਗਨਾ ਰਣੌਤ ਦਾ ਵੀ ਇੱਕ ਬਿਆਨ ਆਇਆ ਰਾਹੁਲ ਗਾਂਧੀ ਨੂੰ ਲੈ ਕੇ ਉਹਨੂੰ ਕਿਸ ਤਰ੍ਹਾਂ ਵੇਖਦੇ ਹੋ ਕੱਲ ਸਾਡੇ ਸ਼ੋਅ ਤੇ ਸਾਰੀ ਫਰਸਟ੍ਰੇਸ਼ਨ ਕਿਉਂ ਹੋਈ ਜਿਸ ਦਿਨ ਤੋਂ ਇਹ ਤੀਸਰੀ ਵਾਰੀ ਮੋਦੀ ਦੀ ਸਰਕਾਰ ਬਣੀ ਹੈ ਵਿਸਾਖੀਆਂ ਤੇ ਖੜੀ ਹੈ ਪਤਾ ਨਹੀਂ ਕਦ ਡਿੱਗ ਜਾਏ ਕਦ ਜਨਤਾ ਦਲ ਜਿਹੜਾ ਉਹਨਾਂ ਦਾ ਨਿਤੀਸ਼ ਕੁਮਾਰ ਵਾਲਾ ਵਾਪਸ ਸਪੋਰਟ ਲੈ ਲੇ ਜਾਂ ਕਦ ਹੋਰ ਪਾਰਟੀਜ਼ ਇਹਨਾਂ ਤੋਂ ਵਾਪਸ ਸਪੋਰਟ ਲੈ ਲੈਣ ਇਹ ਘਬਰਾਏ ਹੋਏ ਆ ਰਾਹੁਲ ਗਾਂਧੀ ਦੇ ਨਵੇਂ ਅਵਤਾਰ ਤੋਂ ਲੀਡਰ ਆਫ ਆਪੋਜੀਸ਼ਨ ਬਣ ਕੇ ਆਇਆ ਜਿਸ ਤਰੀਕੇ ਨਾਲ ਪਾਰਲੀਮੈਂਟ ਦੇ ਬੋਲ ਰਹੇ ਨੇ ਜਿਸ ਤਰੀਕੇ ਨਾਲ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਗੱਲ ਕਰ ਰਹੇ ਨੇ ਹਰੇਕ ਜਗ੍ਹਾ ਰਾਹੁਲ ਗਾਂਧੀ ਰਾਹੁਲ ਗਾਂਧੀ ਹੋਈ ਹੈ ਇਹ ਘਬਰਾ ਗਏ ਤਾਂ ਇਹਨਾਂ ਨੇ ਕੁਛ ਆਪਣੇ ਬੰਦੇ ਅੱਗੇ ਛੱਡਤੇ ਏਜੰਟ ਕੰਗਨਾ ਰਣੌਤ ਵੀ ਉਹਨਾਂ 'ਚ ਹੀ ਔਰ ਬਿੱਟੂ ਵੀ ਉਹਦਾ ਪਾਰਟ ਬਣ ਗਏ ਨੇ ਔਰ ਅੱਜ ਆ ਕੇ ਰਾਹੁਲ ਗਾਂਧੀ ਦੇ ਤੰਜ ਕੱਸਣ ਨੇ ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਅਸਮਾਨ ਤੇ ਥੁੱਕਣ ਤੇ ਨਾ ਥੁੱਕ ਜਿਹੜਾ ਆਪਣੇ ਉੱਪਰ ਗਿਰਦਾ ਹੁੰਦਾ ਇਹ ਉਹੀ ਹਰਕਤ ਕਰ ਰਹੇ ਨਿਚਲੀ ਹਰਕਤ ਹੈ ਗਿਰੀ ਹੋਈ ਹਰਕਤ ਹੈ ਔਰ ਰਾਜਨੀਤੀ ਦੇ ਵਿੱਚ ਕਦੇ ਵੀ ਆਪਣੇ ਇਖਲਾਕ ਤੋਂ ਗਿਰ ਕੇ ਗੱਲ ਨਹੀਂ ਕਰਨੀ ਚਾਹੀਦੀ ਠੀਕ ਹੈ ਤੇ ਬਿਲਕੁਲ ਹਰਮਿੰਦਰ ਸਿੰਘ ਲੱਕੀ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਦੀ ਪੂਰੀ ਟੀਮ ਜਿਹੜੀ ਕਾਂਗਰਸ ਦੀ ਅੱਜ ਪੂਰੀ ਟੀਮ ਸੈਕਟਰ 35 ਕਾਂਗਰਸ ਭਵਨ ਦੇ ਬਾਹਰ ਹਾਲਾਂਕਿ ਪੁਲਿਸ ਵੱਲੋਂ ਪੂਰੇ ਬੈਰੀਕੇਟਿੰਗ ਕੀਤੇ ਗਏ ਸੀਗੇ ਵਾਟਰ ਕੈਨਨ ਕਿ ਇਹਨਾਂ ਨੂੰ ਅੱਗੇ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਲੇਕਿਨ ਪੂਰਾ ਪ੍ਰਦਰਸ਼ਨ ਕੀਤਾ ਗਿਆ ਰਵਨੀਤ ਬਿੱਟੂ ਦੇ ਖਿਲਾਫ ਤੇ ਕੰਗਨਾ ਰਣੌਤ ਦਾ ਜਿਹੜੇ ਬਿਆਨ ਹੈ ਲਗਾਤਾਰ ਜਿਹੜੀ ਬਿਆਨਬਾਜ਼ੀ ਹੋ ਰਹੀ ਹੈ ਵਿਵਾਦਿਤ ਬਿਆਨ ਦਿੱਤੇ ਜਾ ਰਹੇ ਉਹਨਾਂ ਦੇ ਖਿਲਾਫ ਕਾਂਗਰਸ ਦਾ ਪੰਜਾਬ ਦੇ ਵਿੱਚ ਵੀ ਪੰਜਾਬ ਜ਼ਿਲ੍ਹੇ ਦੇ ਅਲੱਗ ਵੱਖ ਵੱਖ ਜਿਹੜੇ ਜ਼ਿਲ੍ਹਿਆਂ 'ਚ ਪ੍ਰੋਟੈਸਟ ਕੀਤਾ ਜਾ ਰਿਹਾ ਕਾਂਗਰਸ ਦੇ ਜਿਹੜੇ ਲੀਡਰ ਪਹੁੰਚੇ ਨੇ ਰਾਜਾ ਵੜਿੰਗ ਪਹੁੰਚੇ ਨੇ ਜੰਡਿਆਲਾ ਗੁਰੂ ਚੰਡੀਗੜ੍ਹ ਮੋਹਾਲੀ ਦੇ ਨਾਲ ਜੇ ਆਪਾਂ ਗੱਲ ਕਰ ਲਈਏ ਪ੍ਰਤਾਪ ਸਿੰਘ ਬਾਜਵਾ ਉੱਥੇ ਪਹੁੰਚੇ ਨੇ ਚੰਡੀਗੜ੍ਹ ਯੂਨਿਟ ਦੀ ਅਸੀਂ ਗੱਲ ਕਰ ਲਈਏ ਹਰਮਿੰਦਰ ਸਿੰਘ ਲੱਕੀ ਦੀ ਅਗਵਾਈ ਵਿੱਚ ਸਾਰੇ ਜਿਹੜੇ ਸਮਰਥਕ ਨੇ ਸਪੋਰਟਰਸ ਨੇ ਉਹ ਇੱਥੇ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ
ਚੰਡੀਗੜ੍ਹ ਤੋਂ ਕੈਮਰਾਮੈਨ ਸਰਪ੍ਰੀਤ ਸਿੰਘ ਨਾਲ ਮਨੋਜ ਰਾਠੀ ਨਿਊਜ਼ 18 ਪੰਜਾਬ।